ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਹਿਬ ਸਿੰਘ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਨੇ PTC ਚੈਨਲ ਦੇ ਉੱਪਰ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਨੇ ਬਹੁਤ ਵੱਡਾ ਝੂਠ ਬੋਲਿਆ। ਉਹਨੇ ਕਿਹਾ ਕਿ ਸਾਡਾ ਵਰਕਰ ਜੋ ਪਿੰਡ ਰੋਡੇ ਦਾ ਗੁਰਚੰਦ ਸਿੰਘ ਭੁੱਟੋ ਹੈ, ਉਹਨੇ ਦਿੱਲੀ ਸੰਘਰਸ਼ ਵਾਸਤੇ 6 ਲੱਖ ਰੁਪਏ ਦਾ ਤੇਲ ਪਾਇਆ ਅਤੇ ਅੱਜ ਤੱਕ ਸ਼ੁਰੂ ਤੋਂ ਲੈ ਕੇ ਉੱਥੇ ਲੰਗਰ ਚੱਲ ਰਿਹਾ ਹੈ ਅਤੇ 18 ਕੁਇੰਟਲ ਖੋਏ ਦੀਆਂ ਪਿੰਨੀਆਂ ਭੇਜੀਆਂ ਹਨ। ਹਾਲਾਂਕਿ ਇਹ ਗੱਲ ਗੁਰਜੰਤ ਸਿੰਘ ਭੁੱਟੋ ਨੇ ਆਪ ਨਹੀਂ ਕਹੀ, ਇਹ ਝੂਠ ਬੋਲਿਆ ਦਲਜੀਤ ਸਿੰਘ ਚੀਮੇ ਨੇ। ਜੋ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਉਹ ਦਾਸ ਨੂੰ ਪੁੱਛਦੀਆਂ, ਨਗਰ ਰੋਡੇ ਵਾਲੇ ਨੂੰ ਪੁੱਛਦੀਆਂ ਵੀ ਇਹ ਗੱਲ ਕੀ ਹੈ ਜਿਹੜੀ ਡਾਕਟਰ ਚੀਮਾ ਬੋਲ ਰਿਹਾ। ਸੋ ਇਹ ਚੀਮਾ ਬਹੁਤ ਘਟੀਆ ਰਾਜਨੀਤੀ ਕਰ ਰਿਹਾ, ਆਪਣੀਆਂ ਕਮੀਆਂ ਛੁਪਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਬਿਲਕੁਲ ਹੀ ਘਟੀਆ ਹਰਕਤ ਹੈ। ਕਿਉਂਕਿ ਮੈਂ ਦੱਸਣਾ ਚਾਹੁੰਦਾ, ਜੋ ਉੱਥੇ ਸਿੰਘੂ ਬਾਰਡਰ 'ਤੇ ਲੰਗਰ ਚੱਲ ਰਿਹਾ ਹੈ ਉਹ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਚੱਲ ਰਿਹਾ ਹੈ। ਸਾਡੀਆਂ ਜ਼ਿਲ੍ਹਿਆਂ ਦੀਆਂ ਇਕਾਈਆਂ ਵਾਰੋ ਵਾਰੀ ਜਾ ਕੇ ਉੱਥੇ ਲੰਗਰ ਦੇ ਵਿੱਚ ਸੇਵਾ ਕਰਦੀਆਂ ਅਤੇ ਸੰਗਤਾਂ ਦਾ ਬਹੁਤ ਵੱਡਾ, ਨਗਰ ਦਾ ਵੀ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੈ। ਜੋ ਪਿੰਨੀਆਂ ਭੇਜੀਆਂ ਗਈਆਂ 18 ਕੁਇੰਟਲ, ਉਹ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਨਗਰ ਨੇ ਸੇਵਾ ਕੀਤੀ ਅਤੇ ਉੱਥੇ ਵੱਖ ਵੱਖ ਲੰਗਰਾਂ ਦੇ ਵਿੱਚ ਪਿੰਨੀਆਂ ਪਹੁੰਚਾਈਆਂ ਗਈਆਂ। ਸਾਡੇ ਨਗਰ ਦੇ ਸੈਂਕੜੇ ਪਰਿਵਾਰ ਵਿਦੇਸ਼ਾਂ ਵਿੱਚ ਵੱਸਦੇ ਹੈ, ਉਹਨਾਂ NRI ਵੀਰਾਂ ਨੇ ਰਲ ਕੇ 6 ਲੱਖ ਤੋਂ ਵੀ ਵੱਧ ਦਾ ਡੀਜ਼ਲ ਪਾਇਆ ਹੋਵੇਗਾ। ਉਹਨਾਂ ਨੇ ਇੱਕ ਕਮੇਟੀ ਬਣਾਈ ਅਤੇ ਆਪਣੇ ਤੌਰ 'ਤੇ ਉਹਨਾਂ ਸਿੰਘਾਂ ਦੀ ਸੇਵਾ ਕੀਤੀ ਜਿਹੜੇ ਉਸ ਸੰਘਰਸ਼ ਦੇ ਵਿੱਚ ਨਗਰ ਤੋਂ ਜਾਣਾ ਚਾਹੁੰਦੇ ਸੀ। ਜਿੰਨੀਆਂ ਵੀ ਗੱਡੀਆਂ ਗਈਆਂ ਉਹ ਹਰ ਇੱਕ 'ਚ ਤੇਲ ਪਾਉਂਦੇ ਰਹੇ ਤਾਂ ਕਿ ਸੰਗਤ ਆਪਦੇ ਕੋਲੋਂ ਖਰਚਾ ਨਾ ਕਰੇ, ਕਿਉਂਕਿ ਮਹਿੰਗਾਈ ਇੰਨੀ ਹੈ। ਉਹਨਾਂ ਨੇ ਇਹ ਸੋਚ ਕੇ 6 ਲੱਖ ਤੋਂ ਵੱਧ ਦਾ ਤੇਲ ਪਾਇਆ ਹੈ। ਪਰ ਇੱਕ ਬੰਦੇ 'ਤੇ ਕਹਿ ਦੇਣਾ, ਇਹ ਇੱਕ ਪਿੰਡ ਦੇ ਵਿੱਚ ਧੜਾ ਪੈਦਾ ਕਰਨ ਵਾਲੀ ਸੋਚ ਹੈ। ਹਾਲਾਂਕਿ ਗੁਰਜੰਟ ਸਿੰਘ ਬਹੁਤ ਇਹਨਾਂ ਗੱਲਾਂ ਤੋਂ ਉੱਪਰ ਹੈ, ਪਰ ਇਹ ਚੀਮੇ ਨੇ ਘਟੀਆ ਸੋਚ ਅਪਣਾ ਕੇ ਪਿੰਡਾਂ 'ਚ ਧੜੇਬੰਦੀ ਬਣਾਉਣ ਦੀ ਗੱਲ ਕੀਤੀ। ਸਾਡੇ ਨਗਰ ਦੇ ਵਿੱਚ ਬਹੁਤ ਵਾਰੀ ਜਿਹੜੇ ਸਰਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ, ਜਦੋਂ ਕਿਤੇ ਚੋਣਾਂ ਹੋਈਆਂ ਕਦੇ ਕੁੱਤੇ ਦੇ ਸੋਟੀ ਨਹੀਂ ਵੱਜੀ, ਕਦੇ ਝਗੜਾ ਨਹੀਂ ਹੋਇਆ। ਕੋਈ ਚੋਣ ਹੋਵੇ, MP ਦੀ ਹੋਵੇ, MLA ਦੀ ਹੋਵੇ, ਮਿਊਂਸਪੈਲਿਟੀ ਦੀ ਕੋਈ ਚੋਣ ਹੋਵੇ, ਬੜੇ ਪਿਆਰ ਦੇ ਨਾਲ ਚੋਣਾਂ ਹੁੰਦੀਆਂ। ਸੋ ਇਸ ਵਾਸਤੇ ਇਹੋ ਜਿਹੀਆਂ ਗੱਲਾਂ ਕਰਨੀਆਂ, ਹਾਲਾਂਕਿ ਸਾਰੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਮਿਲ ਕੇ ਰਹਿੰਦੇ ਆ, ਪਰ ਇਹ ਘਟੀਆ ਸੋਚ ਦੇ ਨਾਲ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਕਰਦੇ ਪਿੰਡਾਂ ਵਿੱਚ ਧੜੇਬੰਦੀ ਅਤੇ ਲੜਾਈ ਝਗੜੇ ਨੂੰ ਜਨਮ ਦਿੰਦੀਆਂ। ਸੋ ਮੈਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨਗਰ ਦੀਆਂ ਸੰਗਤਾਂ ਨੇ ਬਹੁਤ ਵੱਡੀ ਸੇਵਾ ਅੱਜ ਤੱਕ ਵੀ ਕਰਦੀ ਹੈ ਅਤੇ ਅੱਜ ਤੱਕ ਲੰਗਰ ਅਤੇ ਮੈਡੀਕਲ ਕੈਂਪ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਚੱਲ ਰਿਹਾ। ਸੋ ਇਸ ਵਾਸਤੇ ਮੈਂ ਜਿਨ੍ਹਾਂ ਸੰਗਤਾਂ ਨੇ ਵੀ ਭਾਵੇਂ ਮੈਡੀਕਲ ਕੈਂਪ ਵਿੱਚ, ਭਾਵੇਂ ਲੰਗਰ ਵਿੱਚ, ਭਾਵੇਂ ਸੰਗਤਾਂ ਲਿਜਾਣ ਵਿੱਚ ਸੇਵਾ ਕੀਤੀ, ਰਸਤਾ ਭੇਜਣ ਵਿੱਚ ਸੇਵਾ ਕੀਤੀ, ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਵਿਸ਼ੇਸ਼ ਤੌਰ 'ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਡਾਕਟਰ ਚੀਮੇ ਨੇ ਕਹੀ ਹੈ ਉਹਦੇ 'ਚ ਇੱਕ ਰਤਾ ਭਰ ਵੀ ਸੱਚਾਈ ਨਹੀਂ ਹੈ। ਸਾਰੀਆਂ ਹੀ ਸੰਗਤਾਂ ਦਾ, ਜਿਨ੍ਹਾਂ ਨੇ ਸਹਿਯੋਗ ਦਿੱਤਾ, ਉਹਨਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।